ਤੇ ਉਧਰ ਨਿਊਯਾਰਕ ਰਿਚਮੰਡ ਹਿੱਲ ਵਿਖੇ ਓਮਨੀ ਮੋਰਗੇਜ ਹਰਮਨ ਸਿੰਘ ਅਤੇ ਐਂਡੀ ਸਿੰਘ ਵੱਲੋਂ ਕ੍ਰਿਸਮਸ ਈਵੈਂਟ ਆਰਗੇਨਾਈਜ਼ ਕੀਤਾ ਗਿਆ। ਇਹ ਈਵੈਂਟ ਉਹਨਾਂ ਦੇ ਆਫਿਸ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਜਿੱਥੇ ਬੱਚਿਆਂ ਨੇ ਸੈਂਟਾ ਕਲੌਸ ਦੇ ਨਾਲ ਸੈਲਫੀਆਂ ਵੀ ਲਿੱਤੀਆਂ। ਕੀ ਕੁਝ ਕਹਿੰਦੇ ਹੋਏ ਹਰਮਨ ਸਿੰਘ ਅਤੇ ਐਂਡੀ ਸਿੰਘ ਨਜ਼ਰ ਆਏ, ਆਓ ਵੇਖਦੇ ਹਾਂ ਇਹ ਰਿਪੋਰਟ। ਮੈਰੀ ਕ੍ਰਿਸਮਸ ਹਰਮਨ ਜੀ, ਵਾਟ ਡੂ ਯੂ ਹੈਵ ਟੂ ਸੇ ਫੋਰ ਦਿਸ ਇਵੈਂਟ ਟੁਡੇ? ਇਵੈਂਟ ਜੀ, ਅਸੀਂ ਹਰ ਸਾਲ ਇਵੈਂਟ ਕਰਦੇ ਹਾਂ, ਜਿਵੇਂ ਕਿ ਅਸੀਂ ਤਾਂ ਸਾਡਾ 6ਵਾਂ ਸਾਲ ਹੈ ਅਤੇ ਅਸੀਂ ਲੋਕਲ ਬੱਚਿਆਂ ਵਾਸਤੇ ਅਸੀਂ ਇਵੈਂਟ ਕਰਦੇ ਹਾਂ ਕਿ ਜਿਹੜੇ ਕਾਫੀ ਟਾਈਮ ਬੱਚੇ ਆਪਣੇ ਮੌਲਾਂ ਵਿੱਚ ਜਾ ਕੇ ਸੈਂਟਰ ਨੂੰ ਫੋਟੋ ਨਹੀਂ ਖਿਚਾ ਸਕਦੇ, ਪੇਰੈਂਟਸ ਨੂੰ ਟਾਈਮ ਨਹੀਂ ਮਿਲਦਾ, ਪੇਰੈਂਟਸ ਜਾਂ ਬਿਜ਼ੀ ਹੋ ਮਿਲ ਸਕਦੇ ਜਾਂ ਅਫੋਰਡ ਨਹੀਂ ਕਰ ਸਕਦੇ। ਅਸੀਂ ਇਹ ਹਰ ਸਾਲ ਇਵੈਂਟ ਕਰਦੇ ਹਾਂ ਕਿ ਲੋਕਲ ਬੱਚੇ ਕਮਿਊਨਿਟੀ ਇਵੈਂਟ ਕਿ ਬੱਚੇ ਆਉਣ ਅਤੇ ਸੈਂਟਰ ਨੂੰ ਫ੍ਰੀ ਫੋਟੋ ਖਿਚਾਉਣ। ਅਤੇ ਅਸੀਂ ਇਵੈਂਟ ਨਾਲ ਡੇ ਬਾਏ ਡੇ ਬੱਚਿਆਂ ਦੀ ਜਿਹੜੀ ਗਿਣਤੀ ਹੈ ਬਹੁਤ ਵਧੀਆ ਆ ਰਹੀ ਹੈ। ਮੈਂ ਥੋੜ੍ਹਾ ਵੈਦਰ ਅੱਜ ਥੋੜ੍ਹਾ ਠੀਕ ਨਹੀਂ ਹੈ, ਤਾਂ ਵੀ ਇਸ ਤੋਂ ਬਾਵਜੂਦ ਵੀ ਕਾਫੀ 100-150 ਬੱਚਾ ਆਇਆ ਹੈ ਸੋ ਫਾਰ, ਹਜੇ ਹੋਰ ਬੱਚੇ ਆ ਰਹੇ ਨੇ। ਅਤੇ ਅਸੀਂ ਬੜੇ ਪ੍ਰਾਊਡ ਹਾਂ ਕਿ ਅਸੀਂ ਕਮਿਊਨਿਟੀ ਅਸੀਂ ਬੱਚਿਆਂ ਸੇ ਇਵੈਂਟ ਕਰਦੇ ਹਾਂ ਔਰ ਕੋਸ਼ਿਸ਼ ਕਰ ਰਹੇ ਹਾਂ ਕਿ ਕੰਟੀਨਿਊ ਰਹੇ ਔਰ ਦਿਨੋਂ ਡੇ ਬਾਏ ਡੇ ਵੱਡੇ ਤੋਂ ਵੱਡਾ ਹੋਵੇ। Santa, what do you have to say to the viewers? To all the people across the world, Merry Christmas! Hi, this is Dutip Singh from Omni Realty. We try to do this event every year, you know, just for the community, so that our neighbor kids, they can come in and have the picture with the Santa. It's a big question from the air. Yes, the community was like, it's not a shelter here, Omni Realty here. We just try to make something for the community. Thank you. It's important for us to organize such events for our community. No, community should know that we're here, you know. The Indian American community needs to get out and relate to the entire community, the American community. And the American community knows that we're here as well, as the Indian community, helping each other and one in one to know that we're part of it. That's what it is. So that's why we do this event every year, for everybody to come together as a family during this holiday season. Okay, everyone, all together. Merry Christmas!